channel. So guys, mama papa da anniversary, mama papa di anniversary hai 25th. Te unna di silver jubilee hai te assi zyada kuch itthe nahi kar pa rahe hege because bahut sade kol bahut ghat time hai. Assi jana hai kithe? Kithe jana hai apa? Assi jana hai kithe door. Assi dassange nahi. End te ohde aar aunda hai. Te assi ja rahe hai te mama papa li gift assi ajj le aaye hai. Te assi chhota gift liya. जो वे गिफ्ट है वो असी इंडिया जाके देवे असी जदों भी जावे इंडिया बट इन्ना हिंट दे रहे हैं कि वी आर गोइंग टू इंडिया वेरी सून मतलब वेरी सून तो नहीं हजे ओवर टाइम पे हो गया सो हुण आपा शॉपिंग वगैरह की थी मम्मा पापा लिए गिफ्ट लेते हैं छोटे छोटे जे मम्मा पापा करे ही ने बट हुण मैनू ये समझ नहीं आ रहा भी डेकोरेशन वाले ने 9:30 बजे आ जाना है तो केक भी ऑलमोस्ट 11 बजे तक पहुंच जूगा रात दे सरप्राइज लगूगा इतना कुछ कर नहीं सकते पता ना कैनेडा करके टाइम बहुत थोड़ा होंगे सारे को बाकी जाके देखते हैं मम्मा पापा का भी दिखाने थोड़े जे लड़े हुए मना जाके कुछ अपडेट सारे स्नैपचैट ते दिने होने सो सानू स्नैपचैट दे उत्ते ऐड कर लियो अगर ਸਾਨੂੰ ਡੇਲੀ ਦੇਖਣਾ ਹੁੰਦਾ ਬਿਕਾਜ਼ ਅਸੀਂ ਅੱਜ ਹਰ ਰੋਜ਼ ਸਟੋਰੀਜ਼ ਅਪਲੋਡ ਕਰਦੇ ਆ ਬਹੁਤ ਜਣੇ ਐਡ ਵੀ ਆ ਜਿਹੜੇ ਨਹੀਂ ਐਡ ਜਿਹੜੇ ਨਿਊ ਵਿਊਅਰਸ ਆ ਉਹ ਜਾ ਕੇ ਸਾਨੂੰ ਸਨੈਪਚੈਟ ਤੇ ਵੀ ਫੋਲੋ ਕਰ ਸਕਦੇ ਹੋ ਐਂਡ ਇੰਸਟਾਗ੍ਰam ਤੇ ਵੀ ਐਂਡ ਗਾਇਸ ਤੁਹਾਨੂੰ ਮੈਂ ਕੈਨੇਡਾ ਦਾ ਸਕਾਈ ਦਿਖਾਉਣੀ ਕਿੰਨਾ ਅੱਛਾ ਲੱਗੇ ਬਹੁਤ ਸੋਹਣਾ ਜਿਹੜੇ ਇੰਡੀਆ ਵਾਲੇ ਉਹਨਾਂ ਨੂੰ ਅਸੀਂ ਕੈਨੇਡਾ ਦਾ ਸਕਾਈ ਦਿਖਾਇਆ ਪਲੀਜ਼ ਕੈਨੇਡਾ ਵਾਲੇ ਨਾ ਕਹਿਣਾ ਸੀ ਤਾਂ ਦੇਖਿਆ ਹੀ ਨਹੀਂ ਤੁਸੀਂ ਤਾਂ ਦੇਖਿਆ ਹੋਇਆ ਸਾਨੂੰ ਪਤਾ ਓਕੇ ਸੋ ਚੱਲ ਚੱਲਦੇ ਆਪਾਂ ਘਰੇ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਘਰ ਦਾ ਮਾਹੌਲ ਸੋ ਗਾਇਸ ਮਮਾ ਪਾਪਾ ਦਾ ਸੌਂਗ ਵੀ ਆ ਚੁੱਕਿਆ ਮੈਂ ਦੱਸਣਾ ਭੁੱਲ ਗਈ ਸੀਗੀ ਨਰੂਲਾ ਫੈਮ ਬੀਟ ਦੇ YouTube ਚੈਨਲ ਦੇ ਉੱਤੇ ਅਸੀਂ ਉਹਦਾ ਲਿੰਕ ਵੀ ਸ਼ੇਅਰ ਕਰ ਦਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਬਹੁਤ ਵਧੀਆ ਸੌਂਗ ਆ ਰੋਮੀ ਮਾਨ ਕਮੈਂਟ ਕਰਕੇ ਦੱਸੋ ਰੋਮੀ ਮਾਨ ਵੀਰੇ ਨੇ ਗਾਇਆ ਆ ਬਹੁਤ ਸੋਹਣਾ ਸੌਂਗ ਆ ਕੁਝ ਅਸੀਂ ਵੀ ਹੈਗੇ ਆ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਲੱਗਿਆ ਔਰ ਉੱਤੇ ਰੀਲਸ ਜ਼ਰੂਰ ਬਣਾਇਓ ਤੇ ਮਮਾ ਪਾਪਾ ਨੂੰ ਟੈਗ ਕਰਿਓ ਥੈਂਕ ਯੂ गर्मी मसा ही असि ता बनाए आ गए पापा सर थोड़ी एनिवर्सरी है गल मैं सुनया ना है एनिवर्सरी है थोड़ी गल सोना शू मामा तुसी भी आओ ना प्लीज जल्दी फिर बोलूंगे अरे की हो गया
ਚੈੱਕ ਕਰਦੇ ਸੀ ਥੋੜੇ ਹਲਕੇ ਲੈ ਕੇ ਆਉਣੇ ਕਹਿੰਦੇ ਮਮਾ ਪਾਪਾ ਨੂੰ ਬਹੁਤ ਔਖਾ ਸੀ ਉੱਪਰ ਭੇਜਦਾ ਰੂਮ ਚ ਉਹਨਾਂ ਦੇ ਤੇ ਲੌਕ ਕਰਤਾ ਤੇ ਉੱਤੋਂ ਵਾਸ਼ਿੰਗ ਮਸ਼ੀਨ ਚਲਾਤੀ ਹੁਣ ਉਹਨਾਂ ਨੂੰ ਕੁਛ ਨਹੀਂ ਸੁਣੂਗਾ ਮੈਂ ਆਹ ਵਾਲੀ ਡੈਕੋਰੇਸ਼ਨ ਦਾ ਪਿਕਚਰ ਭੇਜੀ ਸੀ ਮਤਲਬ ਅਤੇ ਆਹ ਓਰੀਜਨਲ ਬਸ ਇੱਥੇ ਬਰਥਡੇ ਲਿਖਿਆ ਇੱਥੇ ਐਨੀਵਰਸਰੀ ਲਿਖਿਆ ਸੋ ਅਗਰ ਕਿਸੇ ਨੇ ਵੀ ਕੈਨੇਡਾ ਦੇ ਵਿੱਚ ਡੈਕੋਰੇਸ਼ਨ ਕਰਾਉਣੀ ਹੈ ਬਰੈਂਪਟਨ ਜੀ ਟੀ ਏ ਤਾਂ ਤੁਸੀਂ ਕੋਂਟੈਕਟ ਕਰ ਸਕਦੇ ਹੋ mob.decor23 ਦਿਸ ਇਜ਼ ਦਾ ਫਾਈਨਲ ਲੁੱਕ ਟਾਡਾ ਸਿੰਮੂ ਕਿੱਦਾਂ ਲੱਗੀ ਡੈਕੋਰੇਸ਼ਨ ਸੋਹਣੀ ਲੱਗੀ ਕੋਈ ਸ਼ੱਕ ਤਾਂ ਦੱਸੋ ਦਿਖਣਗੇ ਉਹ ਜਦੋਂ ਆਪਾਂ ਨੂੰ ਪ੍ਰੋਪਰ ਬਾਹਰ ਕੱਢਿਆ ਫਿਰ ਦਿਖਾਣਗੇ ਕੁਛ ਖਾ ਗਿਆ ਓਰੀਓ ਸੈਮੀ ਨੇ ਵੀ ਮੈਚਿੰਗ ਕੀਤੀ ਹੋਈ ਹੈ ਤੇ ਸਿਮੂ ਨੇ ਵੀ ਲੱਗੀ ਡੈਕੋਰੇਸ਼ਨ ਡੈਕੋਰੇਸ਼ਨ ਕੀਤੀ ਹੈ ਜੀ ਸਾਡੀ mob.decor23 ਸੋ ਜਿਨ੍ਹਾਂ ਨੇ ਵੀ ਕੈਨੇਡਾ ਦੇ ਵਿੱਚ ਡੈਕੋਰੇਸ਼ਨ ਕਰਾਉਣੀ ਹੈ ਕੋਈ ਵੀ ਓਕੇਜ਼ਨ ਤੇ ਸੋ ਇਹਨਾਂ ਨੂੰ ਜ਼ਰੂਰ ਮੈਸੇਜ ਕਰੋ ਡੀਐਮ ਕਰੋ ਤੁਹਾਡੇ ਆਈਡੀ ਵੀ ਦੇਣ ਲੱਗੇ ਹਾਂ ਬਹੁਤ ਸੋਹਣੀ ਡੈਕੋਰੇਸ਼ਨ ਕਰਦੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਹਰ ਵਾਰੀ ਸਾਡੇ ਮੇਰੇ ਬਰਥਡੇ ਤੇ ਰੀਤ ਦੇ ਬਰਥਡੇ ਤੇ ਸਾਡੀ ਐਨਵਰਸਰੀ ਤੇ ਇਹ ਵੀ ਡੈਕੋਰੇਸ਼ਨ ਕਰਕੇ ਗਏ ਆ ਸੋ ਜਿਨ੍ਹਾਂ ਨੇ ਵੀ ਡੈਕੋਰੇਸ਼ਨ ਕਰਾਉਣੀ ਹੈ ਇੱਥੋਂ ਕਰਵਾਓ ਅਤੇ ਆਹ ਕੇਕ ਅਸੀਂ ਮੰਗਵਾਇਆ ਵਾ ਸੋ ਜਿਨ੍ਹਾਂ ਨੇ ਵੀ ਕੇਕ ਔਡਰ ਕਰਨਾ ਵਾ ਉਹ ਕੇਕ ਔਡਰ ਕਰ ਸਕਦੇ ਥੱਲੇ ਆਈਡੀ ਮੈਂਸ਼ਨ ਕੀਤੀ ਹੈ ਠੀਕ ਹੈ ਤੇ ਜ਼ਰੂਰ ਕਰ ਸਕਦੇ ਹੋ ਇਹ ਕੋਈ ਪ੍ਰਮੋਸ਼ਨ ਨਹੀਂ ਆਪਾਂ ਗਾਇਜ਼ ਤੁਸੀਂ ਕੇਕ ਨੂੰ ਧਿਆਨ ਨਾਲ ਚੈੱਕ ਕਰੋ ਇਹ ਹੁਣ ਦੇਖੋ ਸਾਰਾ ਗਲਿਟਰੀ ਕੇਕ ਔਡਰ ਕੀਤਾ ਸੀਗਾ ਇਹ ਪ੍ਰਮੋਸ਼ਨ ਨਹੀਂ ਆਪਣੇ ਘਰ ਦੇ ਆ ਸਾਰੇ ਡੈਕੋਰੇਸ਼ਨ ਵਾਲੇ ਵੀ ਆਣਾ ਇਹ ਸਾਰੇ ਸਾਡੇ ਫਰੈਂਡਸ ਆ ਐਂਡ ਇਹ ਬਹੁਤ ਸੋਹਣਾ ਕੰਮ ਕਰਦੇ ਸੋ ਜ਼ਰੂਰ ਇਹਨਾਂ ਨੂੰ ਕੰਟੈਕਟ ਕਰੋ ਜਿਨ੍ਹਾਂ ਨੇ ਵੀ ਕੇਕ ਗੰਦ ਨੀ ਪੈਣਾ ਪਿੱਛੇ ਡੈਕੋਰੇਸ਼ਨ ਵਾਲੇ ਉਹ ਪਏ ਆ ਬਾਵਾ ਸਾਰੇ ਜਿਹੜੇ ਮੇਰੇ ਪਿਆ ਮੇਰਾ ਡੈਕੋਰੇਸ਼ਨ ਦਾ ਸਮਾਨ ਪਿਆ ਸੀ ਉਹ 'ਚ ਬਹੁਤ ਕੁਛ ਪਿਆ ਵਾ ਟਰਾਈ ਟੂ ਫਾਈਂਡ ਇਟ ਪਲੀਜ਼ ਸੁਖਵੀਰ ਨੂੰ ਲੈ ਜਾਓ ਓਕੇ ਨਹੀਂ ਤਾਂ ਉਹ ਚਲਾ ਗਈ ਅੰਦਰ ਠੋਕ ਨੋ ਥੈਂਕਸ ਥੋੜ੍ਹੇ ਟਾਈਮ ਤੱਕ ਮੋਬਾਈਲ ਬੁਲਾਉਂਦੇ ਅਤੇ ਸਾਡਾ ਗਾਣਾ ਆ ਚੁੱਕਾ ਵਾ ਜਲਦੀ ਜਾਓ ਜਾ ਕੇ ਸੁਣੋ ਸਾਥ ਗਾਣਾ ਵਾ ਰੂਮ ਮਨਵੀਰ ਨੇ ਗਾਇਆ ਪਹਿਲਾਂ ਵੀ ਦੱਸਿਆ ਸੀ ਦੁਬਾਰਾ ਦੱਸ ਦਿੰਦੇ ਹਾਂ ਸੋ ਜਲਦੀ ਜਾਓ ਜਾ ਕੇ ਦੇਖੋ ਉਹਨਾਂ ਟਾਈਮ ਅਸੀਂ ਕੀ ਕਰ ਰਹੇ ਪਲਾਨ ਕੀਤਾ ਕਿ ਅਸੀਂ ਨਾ ਮੰਮਾ ਪਾਪਾ ਦੀ 25th ਐਨੀਵਰਸਰੀ ਹੈ ਅਤੇ ਅਸੀਂ ਨਾ ਉਹਨਾਂ ਨੂੰ ਫੁਲਕਾਰੀ ਦੇ ਮਤਲਬ ਇੱਦਾਂ ਲੈ ਕੇ ਆਵਾਂਗੇ ਫੁਲਕਾਰੀ ਉੱਤੇ ਇੱਦਾਂ ਪਾ ਕੇ ਨਹੀਂ ਨਹੀਂ ਪਹਿਲੇ ਰੌਲਾ ਪਾਤਾ ਗਾਇਸ ਥੱਲੇ ਹੀ ਨਹੀਂ ਆ ਰਹੇ ਦੇਖੋ 12 ਵੱਜ ਗਏ ਪੂਰੇ ਮੇਰੇ ਕੋਲ ਦੋ ਦੋ ਫੋਨ ਹੈ ਬਣਾ ਲੈਂਦੇ ਮੈਨੂੰ ਵੀ
ਲੱਡੋ ਹੈਪੀ ਐਨਿਵਰਸਰੀ ਜੰਗਲ ਨੂੰ ਮਾਸਰੀ ਨੇ ਮੈਂ ਤੁਹਾਡੇ ਫੋਨ ਚ ਸਪੈਸ਼ਲੀ ਆਪ ਦੀ ਸਨੈਪ ਮੈਂ ਠੀਕ ਲੱਗਦੀ ਹੈ ਹਾਂ ਵੈਸੇ ਸੁੱਟ ਗਏ ਚਲੋ ਚਲੋ ਤੂੰ ਸਨੈਪ ਬਣਾ ਰਹੀ ਹੈ ਸਭ ਸੇਵ ਕਰੀ ਪਲੀਜ਼ ਪਾਣੀ ਦੀ ਹੈਪੀ ਐਨਿਵਰਸਰੀ ਤਾੜੀਆਂ ਤਾੜੀਆਂ ਹੈਪੀ 25 ਟੂਗੇਦਰ ਹੈਪੀ ਐਨਿਵਰਸਰੀ ਜੀ ਥੈਂਕ ਯੂ 25 ਇਅਰਸ ਕੰਪਲੀਟ ਹੋ ਗਏ ਤੁਹਾਨੂੰ ਓ ਮਾਈ ਗੋਡ ਓਹੋ ਪੈਨਕਿਨ ਪੈਨਕਿਨ ਲੈ ਕੇ ਆਓ ਜਾ ਜਾ ਕੇ ਖਾ ਲੋ ਤੁਸੀਂ ਪਾਪਾ ਕਿੰਨੇ ਪੈਸੇ ਦਿੱਤੇ ਸੀਗੇ ਨਹੀਂ ਸੋਚੇ ਕਰਨੇ ਇੰਡੀਆ ਜਾ ਕੇ ਵਿਆਹ ਹੋਊਗਾ ਦੁਬਾਰਾ ਦੁਬਾਰਾ ਸਾਰਾ ਫੇਰ ਵਿਆਹ ਸਾਡਾ ਵੀ ਆ ਰਿਹਾ ਸਾਡਾ ਵੀ ਦੁਬਾਰਾ ਗਾਣਾ ਆ ਗਿਆ ਦੱਸ ਦੋ ਗਾਣਾ ਆ ਗਿਆ ਸਾਥ ਰੋਮੀ ਮਾਨ ਵੀਰ ਨੇ ਗਾਇਆ ਵੱਟ ਕੱਢੇ ਪਏ ਆ ਉਹਨੇ ਬੰਦੇ ਨੇ ਇੱਕ ਮੇਰੇ ਖਿਆਲ 3 ਘੰਟਿਆਂ ਚ ਗਾਣਾ ਤਿਆਰ ਕਰਕੇ ਸਾਨੂੰ ਦੇ ਦਿੱਤਾ ਤੂੰ 3 ਘੰਟੇ ਪਹਿਲਾਂ ਹੀ ਗਿਆ ਸੀ ਅਸੀਂ ਉਹਨੂੰ ਆਗਿਆ ਫੀਲਿੰਗ ਐਕਸਪ੍ਰੈਸ ਕਰਤੀਆਂ ਸੀਗੀਆਂ ਖਾਲੋ ਮਤਲਬ ਕਿ ਮੇਰੇ ਵਾਂਗੂ ਚੁੱਪ ਚਾਪ ਮਿੰਟਾਂ ਕਰੀ ਜਾਏਗਾ ਸਵੇਰੇ ਸਵੇਰੇ ਨੂੰ ਨਾਸ਼ਤਾ ਕਰਾ ਜਾਏਗਾ ਰਾਤ ਦੀ ਰੋਟੀ ਖਵਾ ਜਾਏਗਾ ਵਧੀਆ ਲੰਘੇ ਮਿੰਟਾਂ ਕਰੀ ਚੱਲੇਗਾ ਸੁੱਖ ਇਧਰਾਂ ਬਸ ਮਾੜਾ ਕੀ ਖਵਾਉਂਗਾ ਬਸ ਆਫਟਰ ਸੈਲੀਬ੍ਰੇਸ਼ਨ ਸਾਰੇ ਆਏ ਟੁੱਟ ਕੇ ਪੈ ਗਿਆ ਕੇਕ ਨੂੰ ਆਹ ਦੇ ਲਓ ਸਾਡੇ ਵਾਲਾ ਹਟ ਜਾ ਤੂੰ
ਵੀ ਤੂੰ ਕੀ ਕਰਦੀ ਪਈ ਆ ਹਾਏ ਹਾਏ ਪਾਸੇ ਹੋਣਾ ਓਹੋ ਦਿਖਾਈ ਤੁਸੀਂ ਰੋਟੀਆਂ ਬਣਾ ਰਹੇ ਹੋ ਓ ਮਾਈ ਗੋਡ ਮੈਂ ਕਿਹਾ ਮੈਂ ਬਣਾਣੀ ਕਿਹਦੀ ਓ ਮਾਈ ਗੋਡ ਮੈਂ ਬਣਾਈ ਵੈਰੀ ਗੁੱਡ ਜੀ ਵੈਰੀ ਗੁੱਡ ਉਹਨੂੰ ਕੇਕ ਖਵਾਈ ਜਾਂਦੇ ਪਾਪਾ ਓਰੀਓ ਨੂੰ ਤੇ ਆਹ ਵਾਲਾ ਮੈਨੂੰ ਦੇ ਦੋ ਪਾਰਟ ਆਹ ਵਾਲਾ ਸਿਮੂ ਸਿਮੂ ਤੂੰ ਸਾਰੇ ਹੀ ਖਾ ਲੇਗੀ खाला खाला थोड़ा जा यार थोड़ा जा खा सकती है कि नहीं की करी जाने हो सौ की चाके ले आ दो ना इधर बेच पा दे हो रोटी भी बांध दी बेसर थोड़ी ली हले कल थोड़ी ली होर भी सरप्राइज़ था ठीक है हम जल्दी जाके सो जो एक करी फिर दस दो सारे नू गाना आ गया ओ लोको सुन लो चंगी तरह साडा गाना आ गया साथ 25 साल दे असली उच लगदे नहीं आ 25 में साडा लगदा नहीं आई लगदा 15वीं के नुक्स गया आ गया साल गया 45 साल दे ही लगदे नहीं आई एज नहीं 80 दी हुंदी आ ओदी बंदा दस सकदा मैं 45 साल ना 40 में मेनू लग्या आ पर गाने च तुसी कह नहीं सकदे कि मैं इन्ने साल दा ते इन्ने साल मैं किन्ने ये दसने नहीं चाहिए 18 साल दे मम्मा वा ते 19 साल दे पापा तू तां आया ही नहीं फिर हां बिल्कुल हां फैन तू तां आया ही कमेंट कर दियो लाइक कर दियो शेयर कर दियो सब्सक्राइब कर लियो चैनल नू ते साडा गाना आ चुका मैं थल्ले भी लिंक पाउन लगा वा एंड एंड ते भी आऊगा जरूर देख लियो ते नरूला फैम बीट दे यूट्यूब चैनल सब्सक्राइब भी कर लियो थैंक यू सो मच ते अगले ब्लॉग लई सब्सक्राइब कर लो चैनल ओके Thank you.